सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। वर्ल्ड कैंसर केयर दे अंबैसडर कुलवंत सिंह धालीवाल कोरोना दे वैक्सीन बनाउण दी मदद करन लई यूके च 500 मील यानी 800 किलोमीटर पैदल यात्रा करनगे, जिस दी जानकारी खुद कुलवंत सिंह धालीवाल वल्लों दैनिक सवेरा नाल खास गलबात करदिया दित्ती गई, जिस च उन्होंने दस्या कि उन्होंने साथी गुरपाल सिंह उपल भी इस मुहिम च हिस्सा लैणगे। हाँ जी, सत श्री अकाल दोस्तों, कुलवंत सिंह धालीवाल वर्ल्ड कैंसर केयर ग्लोबल एंबेसडर फ्रॉम मानचेस्टर, ते मेरे साथी गुरपाल उपल जी लंडन तो साडे ट्रस्टी आ वर्ल्ड कैंसर केयर दे। असी दोनों भरावां ने एक डिसाइड किया, साडे सारे वर्ल्ड कैंसर दे एग्जीक्यूटिव बोर्ड ने, क्योंकि कोरोना की हजे तक दोस्तों दुनिया दे विच कोई वैक्सीन नहीं, कोई इंजैक्शन नहीं, कोई मेडिसिन नहीं, ठीक है। असी डिसाइड किया कि असी 800 किलोमीटर जिहड़े यूके दे 500 मील बनते हैं, डेढ़ महीने च पैदल चलांगे। जो फंड इकट्ठा होएगा असी उस वैक्सीन लई, जो इंजैक्शन तैयार हो रहा है ऑक्सफोर्ड यूनिवर्सिटी से, साडी एनएचएस कर रही है, असी एनएचएस नूं नैशनल हेल्थ सिस्टम नूं यह फंड इकट्ठा करके देवांगे। एंड असी कंटिन्यू तुरंगे जी, हर रोज तुरंगे 20-25 किलोमीटर दोस्तों। ये महामारी ता ही कंट्रोल होएगी जदों इहदी कोई मेडिसिन निकलेगी, ते मेडिसिन की है, ओह ही वैक्सीन है जिहड़ी कि साडी एक आस है। आस दा नाम ही दोस्तों जिंदगी है। आओ दोस्तों, तुसीं वी साडे वर्ल्ड कैंसर दे पेज ते जाके सानू लाइक करो, साडियां शेयर करो, उत्थे कोई डोनेट करो तिल फुल। दोस्तों अज तक गुरु घरां दीआं गोलकां भी बंद हो गईआं, मंदिर भी बंद हो गए, मस्जिदां भी बंद हो गईआं, कितने दान की लोड़ है? अज दान लोड़ है उस करोना दे वैक्सीन दे लई, उस इंजैक्शन दे लई। लखां बंदा मर रहा दुनिया, साढ़े इंग्लैंड 26,000 बंदे की मौत हो चुकी है, अमेरिका दे 60,000 तो उपर हो चुकी है दोस्तों, 194 कंट्रियां च फैल चुके हैं। आओ अपने दान की दिशा बदल गई, केड़ी दिशा मनुखता की सेवा। आओ वर्ल्ड कैंसर दे साढ़े पेज से जाओ, worldcancer.co.in से जाके उसे डोनेट का वर्ड आ जाएगा, प्लीज डोनेट। एक रुपया, एक पाउंड, एक डॉलर, वो तो ਜਾਈ ਨਹੀਂ ਜਾਏਗਾ, ਸ਼ਾਇਦ ਉਹ ਇੰਜੈਕਸ਼ਨ ਤੁਹਾਨੂੰ ਵੀ ਲੱਗਣਾ। ਦੋਸਤੋ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ, ਅੱਜ ਮੈਂ ਓਨੀ ਦੇਰ ਪੈਦਲ ਚੱਲਣੋਂ ਨਹੀਂ ਹਟੂੰਗਾ। 6 ਵੀਕ ਤਾਂ ਛੱਡੋ, ਜਿੰਨੀ ਦੇਰ ਵੈਕਸੀਨ ਨਹੀਂ ਨਿਕਲਦੀ ਹਰ ਰੋਜ਼ ਤੁਰੂੰਗਾ 20-25 ਕਿਲੋਮੀਟਰ। ਮੇਰੀ ਜ਼ਿੰਦਗੀ ਦਾ ਕੁਐਸਚਨ ਮੈਂ ਲੈਣਾ ਚਾਹੂੰਗਾ ਤੁਹਾਡੇ ਤੋਂ, ਸਰ ਜਿਹੜਾ ਇਹ 20 ਕਿਲੋਮੀਟਰ ਹੈਗਾ, ਇਹ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੇ ਤੱਕ ਖਤਮ ਕਰੋਗੇ ਤੁਸੀਂ ਇਸਨੂੰ? ਜੀ ਮੇਰੇ ਵਾਰਿੰਗਟਨ ਦੇ ਵਿੱਚ ਜਿਹੜਾ ਮੇਰਾ ਸ਼ਹਿਰ ਹੈ ਮਾਨਚੈਸਟਰ ਦੇ ਨਾਲ, ਉੱਥੇ ਹੀ ਮੈਨੂੰ ਇੱਕ ਜਗ੍ਹਾ ਦੇ ਦਿੱਤੀ, ਤੇ ਮੈਂ 10-11 ਵਜੇ ਸਟਾਰਟ ਕਰਕੇ 4-5 ਵਜੇ ਤੱਕ ਮੈਂ 20-25 ਕਿਲੋਮੀਟਰ ਡੇਲੀ ਕਰਿਆ ਕਰੂੰ, ਤੇ ਵਾਪਸ ਆਪਣੇ ਘਰ ਹੀ ਮੈਨੂੰ ਆਉਣਾ ਪੈਣਾ, ਕਿਉਂਕਿ ਮੈਨੂੰ ਮਾਸਕ ਵੀ ਪਹਿਨਣੀ ਪੈਣੀ ਹੈ, ਤੇ ਉਹ ਕੰਟਰੀ ਸਾਈਡ ਦੇ ਵਿੱਚ ਮੈਨੂੰ ਰੂਟ ਦਿੱਤਾ ਗਿਆ ਜਿੱਥੇ ਕਿ ਮੈਂ ਸੇਫ ਟਰੈਵਲ ਵਾਕ ਕਰ ਸਕਾਂ, ਠੀਕ ਹੈ। ਕਿੰਨੇ ਦਿਨਾਂ ਦੀ ਮੁਹਿੰਮ ਸਰ ਰੱਖੀ ਹੈਗੀ ਤੁਸੀਂ ਜੀ? ਇਹ ਜੀ ਮੈਂ ਹਾਲ ਦੀ ਘੜੀ ਤਾਂ ਜੀ 6 ਹਫ਼ਤੇ ਦੀ ਮੁਹਿੰਮ ਹੈ, ਠੀਕ ਹੈ। 6 ਹਫ਼ਤੇ ਦੇ ਵਿੱਚ ਲਗਾਤਾਰ ਮੈਂ ਹਰ ਰੋਜ਼ ਚੱਲੂੰਗਾ, ਤੇ ਮੇਰੇ ਜਿਹੜੇ ਟਰਸਟੀ ਗੁਰਪਾਲ ਉੱਪਰ ਜੀ ਉਹ ਲੰਡਨ ਦੇ ਵਿੱਚ ਚੱਲਣਗੇ, ਕਿਉਂਕਿ ਅਸੀਂ ਇਕੱਠੇ ਨਹੀਂ ਹੋ ਸਕਦੇ, ਸਾਨੂੰ ਡਿਸਟੈਂਸ ਰੱਖਣਾ ਪੈਣਾ। ਉਹ ਲੰਡਨ ਦੇ ਵਿੱਚ ਚੱਲਣਗੇ, ਤੇ ਮੈਂ ਮਾਨਚੈਸਟਰ ਦੇ ਨਾਲ ਵਾਰਿੰਗਟਨ ਸ਼ਹਿਰ ਹੈ ਉੱਥੇ ਚੱਲੂੰਗਾ, ਤੇ ਜੋ ਵੀ ਸਾਡਾ ਇਹ ਫੰਡ ਇਕੱਠਾ ਹੋਏਗਾ ਸਾਰਾ ਅਸੀਂ ਕੋਰੋਨਾ ਵਾਇਰਸ ਦੀ ਜਿਹੜੀ ਵੈਕਸੀਨ ਹੈ ਤੇ ਅਸੀਂ ਇਹਨੂੰ ਛੱਡਾਂਗੇ ਨਹੀਂ ਓਨੀ ਦੇਰ, ਬਿਲਕੁਲ ਢਾਹ ਕੇ ਹਟਾਂਗੇ। ਦੋਸਤੋ ਸਾਥ ਦਿਓ ਸਾਡਾ, worldcancercare.co.in ਤੇ ਜਾ ਕੇ ਡੋਨੇਟ ਦਾ ਵਰਡ ਆ ਜਾਏਗਾ, ਇੱਕ ਪਾਉਂਡ, ਇੱਕ ਡਾਲਰ, ਇੱਕ ਰੁਪਇਆ। ਦੋਸਤੋ ਅੱਜ ਲੋੜ ਹੈ, ਪਤਾ ਨਹੀਂ ਤੁਹਾਨੂੰ ਵੀ ਇਸ ਇੰਜੈਕਸ਼ਨ ਦੀ ਲੋੜ ਹੋਵੇ। ਮੈਂ ਹਰ ਮਹੀਨੇ ਇੰਡੀਆ ਆਉਂਦਾ ਸੀ, ਪਰ ਤੁਹਾਡੇ ਨਾਲ ਵਾਅਦਾ ਹੈ, ਮੈਂ ਹੁਣ ਇੰਜੈਕਸ਼ਨ ਜਿੱਦਣ ਉਹਦੀ ਖੋਜ ਕੰਪਲੀਟ ਹੋ ਗਈ, ਜਿੱਦਣ ਇੰਜੈਕਸ਼ਨ ਬਾਹਰ ਆ ਗਿਆ, ਫਿਰ ਆਊਂਗਾ ਇੰਡੀਆ। ਨਹੀਂ ਓਨੀ ਦੇਰ ਨਹੀਂ ਆਊਂਗਾ, ਓਨੀ ਦੇਰ ਪੈਦਲ ਚੱਲੂਗਾ ਇੰਗਲੈਂਡ ਦੇ ਵਿੱਚ। ਤੁਹਾਡਾ ਵਾਅਦਾ, ਬਹੁਤ ਧੰਨਵਾਦ ਚਾਹਾਂਗਾ ਜੀ। ਸਰ ਇਸ ਮੁਹਿੰਮ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਹੋਰ ਕੌਣ ਕੌਣ ਤੁਹਾਡੇ ਨਾਲ ਚੱਲ ਰਿਹਾ ਜੀ? ਜੀ ਮੇਰੇ ਨਾਲ ਸਾਰੀ ਸਾਡੀ ਵਰਲਡ ਕੈਂਸਰ ਕੇਅਰ ਦੀ ਟੀਮ ਹੈ, ਸਾਡਾ ਹਜ਼ਾਰਾਂ ਹੀ ਮੈਂਬਰ ਹੈ ਸਾਰੇ ਵਰਲਡ ਦੇ ਵਿੱਚ, ਠੀਕ ਹੈ। ਸਾਡਾ ਸਾਰਾ ਬੋਰਡ ਹੈ, ਸਾਡਾ ਐਗਜ਼ੈਕਟਿਵ ਬੋਰਡ ਹੈ, ਸਾਡਾ ਜਸਵੀਰ ਕੰਦੋਲਾ ਜੀ ਜੋ ਸਾਡੇ ਟਰਸਟੀ ਆ, ਉਹ ਵੀ ਲੰਡਨ 'ਚ ਹੈ। ਅਸੀਂ ਅੱਡ ਅੱਡ ਜਗ੍ਹਾ 'ਤੇ ਵਾਕ ਕਰਨੀ ਹੈ, ਐਂਡ ਮੇਨ ਮੇਜਰ ਮੈਂ ਕੁਲਵੰਤ ਸਿੰਘ ਧਾਲੀਵਾਲ ਦੀ ਮੇਰੀ ਡਿਊਟੀ ਹੈ, ਮੇਰੀ ਗਲੋਬਲ ਅੰਬੈਸਡਰ ਹੈ ਮੇਰੀ ਪੋਸਟ, ਕਿਉਂਕਿ ਮੇਰੀ ਡਿਊਟੀ ਬਣਦੀ ਹੈ ਜ਼ਿੰਦਗੀ ਦੇ ਵਿੱਚ। ਜਦੋਂ ਕੋਈ ਵੀ ਇਸ ਤਰ੍ਹਾਂ ਦਾ ਡਿਜ਼ਾਸਟਰ ਹੋਵੇ ਤੇ ਮੈਂ ਇੱਕ ਫਲੈਗ ਫੜ ਕੇ ਬੁਰੇ ਚੱਲਾਂਗਾ, ਨਾਲ ਮੇਰੇ ਬਥੇਰੇ ਲੋਕ ਮੈਨੂੰ ਸਪੋਰਟ ਕਰ ਦੇਣਗੇ ਵਰਲਡ ਵਾਈਡ, ਠੀਕ ਹੈ। ਐਂਡ ਇਟਸ ਆਲਰੇਡੀ ਸਟਾਰਟ ਹੋ ਗਈ ਜੀ, ਤੇ ਮੈਂ ਬਹੁਤ ਧੰਨਵਾਦ ਕਰੂੰਗਾ। ਇੱਕ ਇੱਕ ਡਾਲਰ, ਇੱਕ ਇੱਕ ਪਾਉਂਡ, ਇੱਕ ਇੱਕ ਰੁਪਇਆ ਵੀ ਪਾ ਦਿਓ ਦੋਸਤੋ, ਇਹ ਕਿਸੇ ਦੀ ਜਾਨ ਬਚ ਸਕਦੀ, ਕਿਸੇ ਦੀ ਨਹੀਂ, ਆਪਣੀ ਜਾਨ ਬਚ ਸਕਦੀ ਆ। ਹਰ ਬੰਦੇ ਦੇ ਖਤਰਾ ਲੰਮ ਕਰਿਆ, ਹਰ ਬੰਦੇ ਦੇ ਉੱਤੇ ਇੱਕ ਤਲਵਾਰ ਲੰਮ ਕਰੀ ਆ। ਦੇਖੋ 2 ਲੱਖ ਬੰਦੇ ਤੋਂ ਉੱਪਰ ਜਾਨਾਂ ਜਾ ਚੁੱਕੀਆਂ ਸਾਰੇ ਵਰਲਡ ਦੇ ਵਿੱਚ, ਹਜੇ ਇਹ ਵੱਧ ਰਿਹਾ, ਕੰਟਰੋਲ 'ਚ ਨਹੀਂ ਹੋਇਆਗਾ। ਇਹਦਾ ਇੱਕੋ ਇਲਾਜ ਹੋਏਗਾ ਵੈਕਸੀਨ ਇੰਜੈਕਸ਼ਨ ਕਰੋਨਾ ਦਾ, ਜੋ ਕਿ ਇਹਨੂੰ ਕੰਟਰੋਲ ਕਰੇਗਾ,
ਅਸੀਂ ਉਸ ਵੈਕਸੀਨ ਨੂੰ ਜਿੱਥੇ ਰਿਸਰਚ ਹੋ ਰਹੀ ਹੈ ਉਹਦੇ ਲਈ ਫੰਡ ਇਕੱਠਾ ਕਰ ਰਹੇ ਹਾਂ। ਤੇ ਸਰ ਇੰਡੀਆ ਦੇ ਲੋਕਾਂ ਲਈ ਕੋਈ ਮੈਸੇਜ? ਇੰਡੀਆ ਦੇ ਲੋਕਾਂ ਲਈ ਦੇਖੀ ਮੈਸੇਜ ਹੈ ਕਿ worldcancercare.co.in worldcancercare.co.in ਤੇ ਜਾ ਕੇ ਉੱਥੇ ਸਾਡਾ ਅਕਾਊਂਟ ਮਿਲ ਜਾਏਗਾ, ਉਹਦੇ 'ਚ 1 ਰੁਪਿਆ 2 ਰੁਪਏ ਜੋ ਵੀ ਤੁਸੀਂ ਅਫੋਰਡ ਕਰਦੇ ਹਾਂ ਜ਼ਰੂਰ ਪਾਇਓ, ਇਹਦੇ 'ਚ ਸ਼ੇਅਰ ਪਾਇਓ। ਦੋਸਤੋ ਮੈਂ ਮੈਡੀਸਨ ਲਈ ਮੰਗ ਰਿਹਾ, ਸ਼ਾਇਦ ਮੈਡੀਸਨ ਲਈ ਦਾਨ ਕਰਨ ਕਿਸੇ ਨੇ ਨਹੀਂ ਮੰਗਿਆ, ਠੀਕ ਹੈ, ਪਹਿਲੀ ਵਾਰ ਲੋੜ ਪਈ ਹੈ 100 ਸਾਲ ਦੇ ਵਿੱਚ। ਆਓ ਦੋਸਤੋ, ਮੈਂ ਨਾਲ ਬੇਨਤੀ ਵੀ ਕਰਦਾ ਕਿ ਆਪਣੇ ਦਾਨ ਦੀ ਦਿਸ਼ਾ ਬਦਲੀਏ, ਅੱਜ ਲੋੜ ਹੈ ਹਸਪਤਾਲਾਂ ਦੀ, ਚੰਗੇ ਹਸਪਤਾਲਾਂ ਦੀ ਲੋੜ ਆਪਣੇ ਕੋਲ ਹੈ ਨਹੀਂ ਗੇ। ਮੈਂ ਪੰਜਾਬ ਵਾਲਿਆਂ ਨੂੰ, ਖਾਸ ਕਰਕੇ ਇੰਡੀਆ ਵਾਲਿਆਂ ਨੂੰ ਬੇਨਤੀ ਕਰਦਾ, worldcancercare.co.in ਤੇ ਜਾ ਕੇ ਪਲੀਜ਼ ਗੋ ਟੂ ਡੋਨੇਟ, ਸਾਡਾ ਅਕਾਊਂਟ ਉੱਥੇ ਪਿਆ, ਜ਼ਰੂਰ ਤਿਲ ਫੁਲ ਪਾਓ। ਥੈਂਕ ਯੂ ਜੀ। ਜੀ ਸਰ, ਦੈਨਿਕ ਸਵੇਰਾ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਜੀ, ਥੈਂਕ ਯੂ ਦੈਨਿਕ ਸਵੇਰਾ ਦੀ ਸਾਰੀ ਟੀਮ ਦਾ, ਆਲਵੇਜ਼ ਸਾਡੀ ਸਪੋਰਟ ਕਰਦੇ ਆ, ਆਲਵੇਜ਼ ਸਟੈਂਡ, ਅਸੀਂ ਵੀ ਉਹਨਾਂ ਦੇ ਨਾਲ ਖੜਦੇ ਹਾਂ ਜੀ। ਥੈਂਕ ਯੂ, ਥੈਂਕ ਯੂ। ਜ਼ਿਕਰਯੋਗ ਹੈ ਕਿ ਸਾਰੀ ਦੁਨੀਆ 'ਚ ਫੈਲੀ ਮਹਾਂਮਾਰੀ ਕਾਰਨ ਸਾਰੇ ਦੇਸ਼ ਇਸ ਨਾਲ ਲੜ ਰਹੇ ਨੇ ਅਤੇ ਹਰ ਕਿਸੇ ਵੱਲੋਂ ਇਸ ਬਿਮਾਰੀ ਤੋਂ ਬਚਣ ਲਈ ਵੱਖ ਵੱਖ ਯਤਨ ਕੀਤੇ ਜਾ ਰਹੇ ਹਨ, ਜਿਸ 'ਚ ਵਰਲਡ ਕੈਂਸਰ ਕੇਅਰ ਦੇ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਵੀ ਆਪਣਾ ਯੋਗਦਾਨ ਪਾ ਰਹੇ ਹਨ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।